ਹੈਲੋ ਜੀ ਸਾਰਿਆਂ ਨੂੰ ਜੀ, ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਕੌਰ ਸੰਧੂ ਬਲੌਗ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ, ਅਸੀਂ ਵੀ ਠੀਕ ਠਾਕ ਹਾਂ ਜੀ। ਅੱਜ ਜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਲੀਆਂ ਵਾਲੀ ਫਰਾਕ ਦੀ ਸਿਲਾਈ ਅਤੇ ਕਟਿੰਗ। ਜੇ ਤੁਸੀਂ ਨਹੀਂ ਦੇਖੀ ਤਾਂ ਸਾਡੇ ਚੈਨਲ 'ਤੇ ਦੇਖ ਸਕਦੇ ਹੋ। ਇੱਦੋਂ ਪਹਿਲਾਂ ਜਿਹੜੀ ਆਪਾਂ ਨੇ ਵੀਡੀਓ ਅਪਲੋਡ ਕਰੀ ਸੀਗੀ, ਇਹ ਫਰਾਕ ਦੀ ਕਟਾਈ ਦੀ ਵੀਡੀਓ ਅਪਲੋਡ ਕਰੀ ਸੀਗੀ, ਕਿਉਂਕਿ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਹੈ ਜੀ। ਸਿਲਾਈ ਦੀ ਵੀਡੀਓ ਅਲੱਗ ਦੇਣ ਲੱਗਿਆਂ ਤੁਹਾਨੂੰ, ਜਿੱਦਾਂ ਕਿ ਅਸੀਂ ਕਲੀਆਂ ਦੇਖੋ ਇਸ ਤਰ੍ਹਾਂ ਕਲੀਆਂ ਕੱਟੀਆਂ ਸੀਗੀਆਂ। ਪਹਿਲਾਂ ਵਾਲੀ ਵੀਡੀਓ ਦੇਖੋਗੇ ਤੁਹਾਨੂੰ ਸਾਰਾ ਸਮਝ ਲੱਗੇਗਾ। ਉੱਪਰੋਂ 5 ਇੰਚ ਕਲੀ ਇਹਦੀ ਚੌੜਾਈ ਅਤੇ ਨੀਚੋਂ 10 ਇੰਚ। ਦੇਖੋ ਇਹ ਦੋ ਦੋ ਕਲੀਆਂ ਕੱਟੀਆਂ ਸੀਗੀਆਂ, ਜੁੜਤ ਜੁੜਤੀ ਡਬਲ ਕੱਪੜਾ ਕਰਕੇ ਕਲੀਆਂ ਜਿਹੜੀਆਂ ਹੈਗੀਆਂ ਆਪਣੇ ਚਾਰ ਚਾਰ ਕਲੀਆਂ ਕੱਟੀਆਂ ਨੇ। ਚਾਰ ਮੂਹਰੇ ਪੈਣਗੀਆਂ, ਚਾਰ ਪਿੱਛੇ ਪੈਣਗੀਆਂ। ਫਿਰ ਜਿੱਦਾਂ ਆਪਾਂ ਕਟਿੰਗ ਕਰੀ ਤੀ ਉਸ ਤਰ੍ਹਾਂ ਹੀ ਚੱਕ ਕੇ ਆਪਾਂ ਇਸ ਤਰ੍ਹਾਂ ਇਹਦੀ ਸਿਲਾਈ ਲਾ ਲਾਂਗੇ। ਪਹਿਲਾਂ ਕਲੀਆਂ ਜੋੜਨੀਆਂ ਪੈਣਗੀਆਂ, ਪਹਿਲਾਂ ਦੋ ਦੋ ਜੋੜਾਂਗੇ ਦੇਖੋ, ਫਿਰ ਚਾਰ ਚਾਰ ਜੋੜਾਂਗੇ, ਫਿਰ ਇਹਦੇ ਨਾਲ ਇੱਕ ਹੋਰ ਜੋੜਾਂਗੇ ਜੀ। ਆਹ ਦੇਖੋ ਜੀ, ਇਸ ਤਰ੍ਹਾਂ ਆਪਾਂ ਕਲੀਆਂ ਜੋੜ ਲਾਂਗੇ ਜਿਸ ਤਰ੍ਹਾਂ ਆਪਣੇ ਕੋਲ। ਆਹ ਦੇਖੋ ਕੱਲੀਆਂ ਕੱਲੀਆਂ ਕਲੀਆਂ ਜੋੜੀਆਂ ਹੋਈਆਂ ਹੈਗੀਆਂ ਨੇ। ਫਿਰ ਆਪਾਂ ਚੱਕ ਕੇ ਦੋ ਦੋ ਕਲੀਆਂ ਜੋੜ ਲਾਂਗੇ ਇੱਥੋਂ। ਆਹ ਦੇਖੋ ਇਹਨੂੰ ਕਹਿਰਾ ਕਰਕੇ ਫਿਰ ਜਿੱਦਾਂ ਇਹ ਦੋ ਦੋ ਡਬਲ ਡਬਲ ਜੋੜੀਆਂ ਹੋਈਆਂ ਨੇ, ਇਸ ਤਰ੍ਹਾਂ ਇੰਨਾ ਘੇਰ ਬਣ ਜਾਣਾ ਫਰਾਕ ਦਾ। ਇੱਥੋਂ ਇਹਦੀ ਸਿਲਾਈ ਫੇਰ ਲਾ ਦਾਂਗੇ ਆਪਾਂ। 20 ਗਲਾ ਲਾਉਣਾ ਆਪਾਂ ਨੇ ਇਹਦੇ। ਆਹ ਦੇਖੋ 20 ਗਲਾ ਆਪਾਂ ਨੇ ਲੀਰ ਦੇ ਉੱਪਰ ਜੜ ਲਿਆ, ਬਾਡੀ ਦੀ ਕਟਿੰਗ ਕਰੀ ਹੋਈ ਹੈ। ਇਹ ਆਪਾਂ ਲੈਸ ਲਾ ਕੇ ਫਰਾਕ ਤਿਆਰ ਕਰਾਂਗੇ ਜਿੱਦਾਂ ਉਹਨਾਂ ਦੀ ਸਲਵਾਰ ਕਰੀ ਹੈ। ਪਾਕਿਸਤਾਨੀ ਸਲਵਾਰ ਦੇ ਨਾਲ ਇਹ ਬਣਾਉਣੀ ਹੈ ਜੀ, ਲਾਈਟ ਵੇਟ ਜੀ ਜਿਹੜੀ ਹੈਗੀ ਫਰਾਕ ਬਣਾਉਣੀ ਹੈ। ਪਾਕਿਸਤਾਨੀ ਬਾਹਾਂ ਕੱਟੀਆਂ ਹੋਈਆਂ ਨੇ ਪਾਕਿਸਤਾਨੀ, ਆਪਾਂ ਇਹਨਾਂ ਦੀਆਂ ਬਾਹਾਂ ਤਿਆਰ ਕਰਨੀਆਂ ਨੇ। ਹੁਣ ਆਪਾਂ ਇਹ ਕਲੀਆਂ ਜੋੜ ਲਈਏ ਜੀ। ਲਓ ਜੀ ਦੇਖੋ ਆਪਾਂ ਨੇ ਕਲੀਆਂ ਜਿਹੜੀਆਂ ਹੈਗੀਆਂ ਜੋੜ ਲਈਆਂ, ਇਸ ਤਰ੍ਹਾਂ ਜੋੜ ਲਈਆਂ। ਆਹ ਦੇਖੋ ਸਾਰੀਆਂ, ਕਿਉਂਕਿ ਇਹ ਮੂਹਰਲਾ ਪਾਸਾ ਆਪਾਂ ਇੱਕ ਮੂਹਰਲੀ ਬਾਡੀ ਨਾਲ ਜੋੜਾਂਗੇ, ਪਿਛਲਾ ਪਾਸਾ ਆਪਾਂ ਪਿਛਲੀ ਬਾਡੀ ਨਾਲ ਜੋੜਾਂਗੇ। ਦੇਖੋ ਇਹ ਕਮਰ ਦੇ ਹਿਸਾਬ ਨਾਲ ਹੀ ਕਰਨੀਆਂ ਹੁੰਦੀਆਂ ਨੇ, ਜਿਵੇਂ ਕਮਰ 18 ਇੰਚ ਹੈ ਉਹਨਾਂ ਦੀ। ਆਹ ਦੇਖੋ ਇਹ ਕਮਰ 'ਤੇ ਹੀ ਲੱਗਣਗੇ ਪਲੋਈਆਂ, ਆਹ ਸੋਰੀ ਕਲੀਆਂ। ਉੱਪਰੋਂ ਜਿਹੜੇ ਇਹ ਫਰਾਕ ਜੜੀ ਜਾਣੀ ਹੈ ਉਹਦੇ ਨਾਲ ਹੀ ਜੁੜੂ। ਆਹ ਦੇਖੋ ਉਹਨਾਂ ਦੀ 18 ਇੰਚ ਤਿਆਰ ਹੈ, ਅੱਧਾ ਅੱਧਾ ਇੰਚ, ਇਹ 19 ਇੰਚ ਹੈ, ਅੱਧਾ ਅੱਧਾ ਇੰਚ ਆਪਣਾ ਸਿਲਾਈ 'ਚ ਵੀ ਜਾਊਗਾ, ਇੱਥੋਂ ਸਾਈਡ ਸਿਲਾਈ ਦੇ ਵਿੱਚ ਵੀ ਜਾਣੇ। ਚਾਰ ਚਾਰ ਕਲੀਆਂ ਦੇਖੋ ਪੈ ਕੇ, ਵਧੀਆ ਲਾਈਟ ਵੇਟ ਜੀ ਫਰਾਕ ਬਣੂਗੀ। ਨੀਚਿਓਂ ਜਿਹੜਾ ਹੈਗਾ ਵਧੀਆ ਘੇਰਾ ਖੁੱਲ੍ਹਾ ਬਣ ਜੂ, ਮੀਟਰ ਸਵਾ ਮੀਟਰ ਦਾ ਘੇਰਾ ਬਣ ਜਾਣਾ ਜੀ ਨੀਚਿਓਂ। ਅਤੇ ਆਹ ਦੇਖੋ ਹੁਣ ਆਪਾਂ ਨੇ ਬਾਹਾਂ ਤਿਆਰ ਕਰਨੀਆਂ ਨੇ, ਬਾਹਾਂ ਤਿਆਰ ਕਰਨੀਆਂ ਨੇ। ਆਹ ਦੇਖੋ ਪਾਕਿਸਤਾਨੀ ਬਾਂਹ ਕਰੀ ਹੋਈ ਹੈ ਆਪਣੀ। ਹੁਣ ਆਪਾਂ ਇਹ 'ਤੇ ਲੈਸ ਲਾਵਾਂਗੇ ਪਹਿਲਾਂ। ਆਹ ਦੇਖੋ ਆਹ ਮੇਰੇ ਟੱਕ ਲਾਏ ਹੋਏ ਆ, ਜਿੱਥੋਂ ਆਪਾਂ ਨੇ ਫੋਲਡ ਕਰਨੀ ਹੈ ਉਹਦੇ ਉੱਪਰ ਉੱਪਰ ਧਰ ਕੇ ਹੀ ਆਪਾਂ ਲੈਸ ਲਾਉਣੇ ਆ। ਇਸ ਤਰ੍ਹਾਂ ਧਰ ਕੇ ਲੈਸ ਦਾ ਪੁੱਠਾ ਪਾਸਾ ਰੱਖਿਆ ਮੈਂ ਉੱਪਰ, ਕਮੀਜ਼ ਦਾ ਸਿੱਧਾ ਪਾਸਾ, ਲੈਸ ਦਾ ਜਿਹੜਾ ਹੈਗਾ ਪੁੱਠਾ ਪਾਸਾ ਰੱਖਿਆ ਹੈਗਾ। ਆ ਦੇਖੋ ਇਹਨੇ ਇਸ ਤਰ੍ਹਾਂ ਪਲਟ ਕੇ ਜਿਹੜਾ ਹੈਗਾ ਇਸ ਤਰ੍ਹਾਂ ਸਿੱਧੀ ਹੋ ਜੂਗੀ। ਨੀਚੇ ਜਿਹੜੇ ਇਹ ਵਾਲੇ ਫੁੱਲ ਫੁੱਲ ਜਿਹੇ ਨੇ ਇਹ ਵਾਲੇ ਹੀ ਦਿਖਣਗੇ, ਇਹ ਜਿਹੜੀ ਲਾਈਨ ਹੈ ਇਹ ਆਪਾਂ ਵਿੱਚ ਕਰ ਦਾਂਗੇ। ਆ ਦੇਖੋ ਇਹ ਆਪਣੀ ਲੈਸ ਜਿਹੜੀ ਹੈਗੀ ਲੱਗ ਗਈ ਹੈ,
ਆ ਦੇਖੋ ਲੈਸ ਲੱਗ ਗਈ। ਹੁਣ ਆਪਾਂ ਇਸ ਤਰ੍ਹਾਂ ਇਹਨੂੰ ਪਲਟਾ ਕੇ ਇੱਕ ਇੱਕ ਸਿਲਾਈ ਇੱਥੇ ਵੀ ਲਾਵਾਂਗੇ, ਨਾਲੇ ਨਾਲ ਨਾਲ ਸਿਲਾਈ ਲਾ ਦਾਂਗੇ ਤਾਂ ਕਿ ਇਹਨੂੰ ਲੈਸ ਦੱਬੀ ਜਾਊਗੀ। ਹੁਣ ਆਪਾਂ ਇਹਨੂੰ ਜਿਹੜਾ ਕੱਪੜਾ ਜਿਹਾ ਹੈਗਾ ਜੀ ਇਹਨੂੰ ਇਸ ਤਰ੍ਹਾਂ ਮੋੜ ਦਾਂਗੇ ਕਿਉਂਕਿ ਤਰਪਾਈ ਹੋ ਜੂਗਾ। ਨਾਲ ਦੀ ਨਾਲ ਆਪਾਂ ਬੜਾ ਵਖਾ ਕਰਕੇ ਇਹ ਵੀ ਸਿਲਾਈ ਲਾ ਦਾਂਗੇ। ਲਓ ਜੀ ਗਲਾ ਆਪਾਂ ਨੇ ਜੜ ਲਿਆ ਬਾਡੀ ਦੇ ਉੱਪਰ, ਹੁਣ ਜਿਹੜੀਆਂ ਬੀ ਸ਼ੇਪ ਦਾ ਗਲਾ ਪਾਇਆ, ਹੁਣ ਜਿਹੜੇ ਪਲੇਟਾਂ ਪੈਣੀਆਂ ਨੇ ਹੈ ਨਾ ਪਲੋਈਆਂ, ਉਹ ਆਪਾਂ ਦੱਸਦੇ ਹਾਂ ਵੀ ਇਹਦੀ ਅੱਧੀਆਂ ਅੱਧੀਆਂ ਪਲੋਈਆਂ ਪੈਂਦੀਆਂ ਹੁੰਦੀਆਂ ਨੇ, ਉਹ ਕਿਸ ਤਰ੍ਹਾਂ ਪੈਣਗੀਆਂ। ਆਹ ਦੇਖੋ ਜਿਵੇਂ ਆਪਾਂ ਪਲੋਈ ਹਮੇਸ਼ਾ ਇੱਧਰੋਂ ਸਟਾਰਟ ਕਰਦੇ ਹੁੰਦੇ, ਇਹ ਆਪਾਂ ਇੱਧਰੋਂ ਸਟਾਰਟ ਕਰਾਂਗੇ ਕਿਉਂਕਿ ਇਹ ਅੱਧਾ ਇੰਚ ਦੀ ਪਲੋਈ ਪੈਣੀ ਹੈ ਜੀ ਨੀਚੋਂ। ਦੇਖੋ ਨੀਚੋਂ ਚੌੜੀ ਪੈਣੀ ਹੈ, ਇਹਨੇ ਬਿਲਕੁਲ ਟਕੋਨੀ ਜਾਣਾ ਪਲੋਈ ਨੇ, ਉੱਪਰ ਜਾ ਕੇ ਬਿਲਕੁਲ ਖਤਮ ਹੋ ਜਾਣਾ। ਆਹ ਦੇਖੋ ਚਾਰੇ ਪੱਲਿਆਂ 'ਤੇ ਪਾ ਲਾਂਗੇ ਆਪਾਂ ਇਹ ਪਲੋਈਆਂ ਜਿਹੜੀਆਂ ਹੈਗੀਆਂ ਸਿੱਧੀਆਂ ਵਾਲੀਆਂ ਪਲੋਈਆਂ ਹੀ ਥੋੜ੍ਹੀਆਂ ਜਿਹੀਆਂ ਫਰਕ ਵਾਲੀਆਂ ਹੁੰਦੀਆਂ ਨੇ, ਬਾਕੀ ਜਿਹੜੀਆਂ ਬਾਂਹ ਵਾਲੀਆਂ ਪਲੋਈਆਂ ਨੇ ਜਾਂ ਆਪਣੀਆਂ ਸਾਈਡ ਵਾਲੀਆਂ ਪਲੋਈਆਂ ਨੇ ਉਹ ਸੇਮ ਕਮੀਜ਼ ਦੇ ਵਾਂਗ ਹੀ ਪੈਂਦੀਆਂ ਨੇ। ਇਹ ਜਿਹੜੀਆਂ ਵੀ ਤੁਸੀਂ ਫਰਾਕਾਂ ਸਿਆਉਣਾ ਚਾਹੁੰਦੇ ਹੋ ਉਹਨਾਂ 'ਤੇ ਹਰ ਸਾਰੀਆਂ 'ਤੇ ਇਸ ਤਰ੍ਹਾਂ ਹੀ ਪਲੋਈਆਂ ਪੈਂਦੀਆਂ ਨੇ, ਹਾਫ ਹਾਫ ਪੈਂਦੀਆਂ ਨੇ ਬਾਡੀ ਦੇ ਉੱਪਰ ਪਲੋਈਆਂ। ਲਓ ਜੀ ਪਲੇਟਾਂ ਪਾ ਕੇ ਆਪਾਂ ਨੇ ਤਿਆਰ ਕਰ ਲਈ ਬਾਡੀ। ਦੇਖੋ ਹੁਣ ਆਪਾਂ ਜਿਹੜੀ ਹੈਗੀ ਲੈਸ ਲਾਉਣੀ ਹੈ ਗਲੇ 'ਤੇ ਕਿੱਦਾਂ ਲਾਉਣੀ ਹੈ, ਅਤੇ ਬਾਕੀ ਜਿਹੜੀ ਫੁੱਲ ਵਾਲੀ ਦੋ ਲੈਸਾਂ ਲਾਉਣੀਆਂ ਨੇ, ਇੱਕ ਆਪਾਂ ਨੇ ਇਹ ਵਾਲੀ ਲੈਸ ਲਾਉਣੀ ਹੈ, ਇੱਕ ਇਹ ਵਾਲੀ ਲਾਉਣੀ ਹੈ, ਇਹ ਆਪਾਂ ਗਲੇ 'ਤੇ ਲਾਵਾਂਗੇ ਇਸ ਤਰ੍ਹਾਂ ਕਰਕੇ। ਬੀ ਸ਼ੇਪ ਦਾ ਜਿਹੜਾ ਹੈਗਾ ਆਪਣੇ ਗਲਾ ਪਾਇਆ ਜੀ। ਇਹ ਆਪਾਂ ਥੋੜ੍ਹੀ ਥੋੜ੍ਹੀ ਹੀ ਦਿਖਾਉਣੀ ਹੈ, ਬਸ ਪਾਈਪਿੰਗ ਦੀ ਤਰ੍ਹਾਂ ਹੀ ਦਿਖਾਵਾਂਗੇ। ਆ ਦੇਖੋ ਆਹ ਵਾਲੀ ਗੈ ਲੈਸ ਆਪਣੀ ਲੱਗ ਗਈ, ਗਲਾ ਆਪਣਾ ਤਿਆਰ ਹੋ ਗਿਆ। ਹੁਣ ਆਪਾਂ ਲੈਸ ਲਾਵਾਂਗੇ ਜਿਹੜੀ ਹੈਗੀ ਸਾਈਡ ਤੋਂ ਦੀ। ਆਹ ਦੇਖੋ ਇੱਥੋਂ ਆਪਾਂ ਲੈਸ ਰੱਖਾਂਗੇ। ਪਹਿਲਾਂ ਆਪਾਂ ਜਿਹੜੇ ਹੈਗੇ ਨਿਸ਼ਾਨ ਲਾ ਲਾਂਗੇ, ਇੱਧਰ ਦੇਖੋ ਮੈਂ ਵੀ ਨਿਸ਼ਾਨ ਲਾ ਲਏ ਨੇ। ਹੁਣ ਆਪਾਂ ਨਿਸ਼ਾਨਾਂ ਦੇ ਉੱਪਰ ਦੀ ਧਰ ਕੇ ਲੈਸ ਲੈ ਜਾਂਗੇ ਜੀ। ਇੱਥੋਂ ਆਪਾਂ ਹੁਣ ਇੱਧਰ ਨੂੰ ਮੋੜ ਲਾਂਗੇ, ਡਬਲ ਸਿਲਾਈ ਲਾਵਾਂਗੇ ਇਹਦੇ ਉੱਤੇ।
ਹੁਣ ਆਪਾਂ ਲਾਵਾਂਗੇ ਜੀ ਤੀਰੇ ਦੀ ਸਿਲਾਈ। ਇੱਥੋਂ ਦੇਖੋ ਇਸ ਤਰ੍ਹਾਂ ਰੱਖਾਂਗੇ, ਪਹਿਲਾਂ ਗਲਾ ਰੱਖ ਲਿਆ, ਫਿਰ ਇਹ ਲੀਰ ਜਿਹੜੀ ਪਿਸਲੀ ਲਾਈ ਹੋਈ ਆਪਣੀ ਰੇਬ ਲੀਰ ਗਲੇ ਦੀ, ਇਹਨੂੰ ਆਪਾਂ ਦੇਖੋ ਜੀ ਇਹ ਵਾਲੀ ਲੈਸ ਲੱਗ ਕੇ, ਆਪਣਾ ਲੈਸ ਲੱਗ ਕੇ ਤਿਆਰ ਹੋ ਗਿਆ। ਹੁਣ ਆਪਾਂ ਜਿਹੜਾ ਹੈਗਾ ਫੀਟਿੰਗ ਵਾਲੀ ਸਿਲਾਈ ਲਾਉਣੇ ਆ, ਲਾਵਾਂਗੇ ਜੀ ਫੀਟਿੰਗ ਦੇ ਨਿਸ਼ਾਨ। ਦੇਖੋ ਇੱਥੋਂ ਆਪਾਂ ਚੈੱਕ ਕਰ ਲਾਂਗੇ, ਪਹਿਲਾਂ ਆਪਾਂ ਜਿਹੜਾ ਹੈਗਾ ਸਾਥੀ ਦੇ ਲਾਵਾਂਗੇ। ਦੇਖੋ ਸਾਥੀ ਉਹਨਾਂ ਦੀ ਹੈਗੀ ਆ 20.5, ਇਹ ਹੈਗਾ 22.5 ਇੰਚ, ਜਿਹੜਾ ਹੈਗਾ 2 ਇੰਚ ਵੱਧ ਹੈ। 1-1 ਇੰਚ ਦੋਨੇ ਪਾਸਿਓਂ ਕੱਢ ਦਾਂਗੇ, ਇੱਕ ਇੰਚ ਇੱਧਰ ਲਾ ਦਾਂਗੇ, 1 ਇੰਚ ਇੱਧਰ ਲਾ ਦਾਂਗੇ ਵਿਚਾਲੋਂ। ਦੇਖੋ 22.5 ਇੰਚ ਆਪਣਾ ਰਹਿ ਗਿਆ। ਹੁਣ ਆਪਾਂ ਲਾਵਾਂਗੇ ਕਮਰ ਦਾ ਨਿਸ਼ਾਨ। ਕਮਰ ਦਾ ਇਹ ਆਪਣੀ ਜਿਹੜੀ ਕਰੀਜ ਲਾਈਨ ਕਰੀ ਹੋਈ ਹੈ ਦੇਖੋ ਵਿਚਾਲੇ, ਅਤੇ ਇਹ ਤੋਂ ਆਪਾਂ ਉਹਨਾਂ ਦੀ 18.5 ਇੰਚ ਹੈਗੀ ਹੈ ਕਮਰ। ਇੱਥੋਂ ਆਪਾਂ 9.25 'ਤੇ ਧਰ ਲਾਂਗੇ, 9.25 ਇੱਧਰੋਂ, 9.25 ਇੱਧਰੋਂ, 18.5 ਇੰਚ ਹੋ ਜਾਣੇ। ਆਹ ਦੇਖੋ ਇਸ ਤਰ੍ਹਾਂ ਜਿਹੜੇ ਹੈਗੇ ਨੇ ਆਪਾਂ ਨਿਸ਼ਾਨ ਲਾ ਦਾਂਗੇ। ਆਹ ਦੇਖੋ ਜੀ ਹੁਣ ਆਪਣੇ 3-3 ਕਲੀਆਂ ਪਾਈਆਂ ਹੋਈਆਂ ਨੇ, 4 ਕਲੀਆਂ ਪਾਈਆਂ ਹੋਈਆਂ ਨੇ, ਸੋਰੀ ਸਿਲਾਈਆਂ 3 ਆ ਗਈਆਂ। ਜਿਹੜੀ ਵਿਚਾਲੀ ਸਿਲਾਈ ਹੈ ਉਹ ਦੇਖੋ ਜਿਹੜਾ ਆਪਣਾ ਇੱਥੇ ਬਿਲਕੁਲ ਅੱਧ 'ਤੇ ਟੱਕ ਲੱਗਿਆ ਹੋਇਆ ਆਪਾਂ ਇਹਦੇ ਨਾਲ ਮਿਲਾ ਦਾਂਗੇ। ਫਿਰ ਜਿਹੜੀ ਹੈਗੀ ਆਪਾਂ ਫਿਟਿੰਗ ਦੀ ਸਿਲਾਈ ਸਿੱਧੀ ਉਹ ਲਾਵਾਂਗੇ ਉਹਦੇ ਨਾਲ, ਜਿਹੜਾ ਤੁਸੀਂ ਬਾਅਦ 'ਚੋਂ ਜੇ ਖੁੱਲ੍ਹੀ ਜਾਂ ਟਾਈਟ ਕਰਨੀ ਹੈ, ਹੈ ਨਾ, ਜਾਂ ਲੂਜ ਕਰਨੀ ਹੈ ਜਾਂ ਟਾਈਟ ਕਰਨੀ ਹੈ, ਉਹ ਆਸਾਨੀ ਨਾਲ ਕਰ ਸਕਦੇ ਹੋ। ਜੇ ਆਪਾਂ ਇਕੱਲੀ ਪਹਿਲਾਂ ਬਾਡੀ ਦੀ ਸਿਲਾਈ ਲਾ ਦਾਂਗੇ, ਬਾਡੀ ਵੀ ਤਿਆਰ ਕਰਕੇ ਤੁਸੀਂ ਬਾਅਦ 'ਚੋਂ ਵੀ ਇਹਨੂੰ ਜੜ ਸਕਦੇ ਹੋ। ਅਤੇ ਫਿਰ ਜਿਹੜੇ ਹੈਗੇ ਖੁੱਲ੍ਹੀ ਟਾਈਟ ਕਰਨ ਵੇਲੇ ਜ਼ਿਆਦਾ ਦੇੜਨਾ ਪੈਂਦਾ ਜੀ, ਹੁਣ ਇਹਦੇ ਨਾਲ ਕੁਛ ਵੀ ਦੇੜਨ ਦੀ ਲੋੜ ਨਹੀਂ ਪੈਂਦੀ। ਪਹਿਲਾਂ ਆਪਾਂ ਇਹ ਦੇੜ ਦਾਂਗੇ ਨਾਲ, ਦੇਖੋ ਇੱਥੋਂ ਧਰ ਕੇ ਅੱਧ ਤੋਂ ਸਿਲਾਈ ਲਾਈ ਹੈ ਮੈਂ, ਹੁਣ ਅੱਧ ਤੋਂ ਧਰ ਕੇ ਆਪਾਂ ਇੱਧਰੋਂ ਲਾ ਦਾਂਗੇ। ਚਾਹੇ ਤੁਸੀਂ ਉੱਥੋਂ ਵੀ ਵਾਪਸ ਕਰ ਸਕਦੇ ਹੋ, ਡਬਲ ਹੋ ਜੂਗੀ। ਇਸ ਤਰ੍ਹਾਂ ਹੀ ਆਪਾਂ ਜਿਹੜੀ ਹੈਗੀ ਪਿਛਲੀ ਸਾਈਡ ਵਾਲੀ, ਹੈ ਨਾ, ਪਿਛਲੇ ਪੰਨਿਆਂ ਦੀ ਵੀ ਇਸ ਤਰ੍ਹਾਂ ਹੀ ਸਿਲਾਈ ਲਾ ਦਾਂਗੇ ਆਪਾਂ। ਲਓ ਦੇਖੋ ਜੀ ਆਪਣੀ ਹੁਣ ਹੋ ਗਈ ਫਰਾਕ ਤਿਆਰ। ਬਾਹਾਂ ਵਗੈਰਾ ਉੱਦਾਂ ਹੀ ਜੜਨੀਆਂ ਜਿੱਦਾਂ ਕਮੀਜ਼ ਦੀਆਂ ਜੜਦੇ ਹਾਂ ਆਪਾਂ, ਉਸ ਤਰ੍ਹਾਂ ਹੀ ਬਾਂਹ ਜੜਤੀ। ਦੇਖੋ ਬਾਂਹ ਆਪਾਂ ਨੇ ਇਸ ਤਰ੍ਹਾਂ ਬਣਾਈ ਹੈ, ਅਮਰੇਲਾ ਕੱਟ ਦੀ, ਹੈ ਨਾ, ਜਿੱਦਾਂ ਪਾਕਿਸਤਾਨੀ ਬਾਂਹ ਹੁੰਦੀ ਹੈ। ਦੇਖੋ ਬਹੁਤ ਸੋਹਣੀ ਜਿਹੜੀ ਹੈਗੀ ਫਰਾਕ ਬਣ ਕੇ ਤਿਆਰ ਹੋ ਗਈ ਹੈ। ਆਹ ਦੇਖੋ ਉੱਪਰ ਜਿਹੜਾ ਆਪਾਂ ਨੇ ਇਸ ਤਰ੍ਹਾਂ ਡਿਜ਼ਾਇਨ ਕੀਤਾ ਸੀਗਾ। ਦੇਖੋ ਇਹ ਸਿਲਾਈ ਤੋਂ ਜਦੋਂ ਮਰਜ਼ੀ ਤੁਸੀਂ ਫਿਟਿੰਗ ਵੀ ਕਰ ਸਕਦੇ ਹੋ ਅਤੇ ਲੂਜ ਵੀ ਕਰ ਸਕਦੇ ਹੋ, ਟਾਈਟ ਵੀ ਕਰ ਸਕਦੇ ਹੋ। ਤਾਂ ਕਰਕੇ ਜਿਹੜੀ ਹੈਗੀ ਆਪਾਂ ਬਾਡੀ ਦੇ ਨਾਲ ਪਹਿਲਾਂ ਜੜੀ ਹੈ ਫਰਾਕ, ਬਾਡੀ ਦੇ ਨਾਲ ਪਹਿਲਾਂ ਜੜ ਕੇ ਫਿਰ ਇਹ ਸਾਈਡ ਸਿਲਾਈ ਬਾਅਦ 'ਚੋਂ ਲਾਈ ਹੈ। ਜੇ ਤੁਸੀਂ ਇਹ ਪਹਿਲਾਂ ਸਿਲਾਈ ਲਾ ਕੇ ਇਹਨੂੰ ਗੋਲ ਵੀ ਜੜ ਸਕਦੇ ਹੋ, ਉਹ ਫਿਰ ਕਈ ਵਾਰੀ ਆਪਾਂ ਨੂੰ ਜਦੋਂ ਖੁੱਲ੍ਹੀ ਭੀੜੀ ਕਰਨੀ ਹੈ ਫਿਰ ਉਹਦੇ 'ਚ ਥੋੜ੍ਹੀ ਜਿਹੀ ਆਉਂਦੀ ਹੈ ਦਿੱਕਤ। ਅਤੇ ਹੁਣ ਇਹਦੇ ਆਰਾਮ ਨਾਲ ਤੁਸੀਂ ਇਸ ਤਰ੍ਹਾਂ ਅੰਦਰਲੇ ਪਾਸੇ ਦੀ ਸਿਲਾਈ ਲਾ ਕੇ ਘਟਾ ਵੀ ਸਕਦੇ ਹੋ, ਵਧਾ ਵੀ ਸਕਦੇ ਹੋ ਜੀ। ਦੇਖੋ ਇਹ ਆਪਣੀ ਜਿਹੜੀ ਹੈਗੀ ਫਾਈਨਲ ਲੁੱਕ ਹੈਗੀ ਹੈ ਫਰਾਕ ਦੀ, ਦੇਖੋ ਇਸ ਤਰ੍ਹਾਂ ਬਣੀ ਹੈ।
ਇਹ ਵਾਲੀ ਆਪਾਂ ਇਹਦੇ ਨਾਲ ਸਲਵਾਰ ਤਿਆਰ ਕਰੀਏ ਜੀ, ਬੋਟਮ ਤਿਆਰ ਕਰੀਏ। ਦੇਖੋ ਪਾਕਿਸਤਾਨੀ ਸਲਵਾਰ ਤਿਆਰ ਕਰੀਏ, ਇਹਦੇ ਨਾਲ ਇੱਦਾਂ ਹੀ ਆਪਾਂ ਲੈਸਾਂ ਲਾ ਕੇ ਤਿਆਰ ਕਰੀਏ, ਜਿੱਦਾਂ ਕਮੀਜ਼ 'ਤੇ ਲੱਗੀ ਹੋਈਆਂ ਨੇ ਉੱਦਾਂ ਹੀ ਇਹਦੇ ਲੱਗੇ ਹੋਏ ਨੇ। ਵੀ ਸ਼ੇਪ ਦਾ ਆਪਣਾ ਗਲਾ ਹੋ ਗਿਆ, ਬਹੁਤ ਸੋਹਣੀ ਲੱਗਦੀ ਹੈ, ਬਿਲਕੁਲ ਲਾਈਟ ਵੇਟ ਜੇ ਕੱਪੜੇ ਦੇ ਹਿਸਾਬ ਨਾਲ ਫਰਾਕ ਹੈਗੀ ਹੈ ਜੀ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ। ਅਗਰ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ। ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ, ਜੈ ਜਵਾਨ ਜੈ ਕਿਸਾਨ, ਸਦਾ ਖੁਸ਼ ਰਹੋ।